ਸਾਰੇ ਤੇ ਬਲਗਣਾ ਸਾਡੇ ਬਸੇਬੇ ਦੇ ਬਲੇਵੇ ਨੇ ਚੌਧਰੀ ਜਿਨਾ ਸਾਨੂੰ ਅਮਰ ਵੇਲ ਵਾਂਗੂ ਬਲਿਆ ਹੋਇਆ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਿਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੀ ਬੜੀ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਜਿਨ੍ਹਾਂ ਦੇ ਵਿੱਚ ਅਲਾਉਦੀਨ ਸਾਹਿਬ ਦੇ ਜ਼ਵਾਲ ਦੀ ਵਜ੍ਹਾ ਦੱਸੀ ਗਈ ਹੈ ਔਰ ਹਰ ਤਰ੍ਹਾਂ ਦੇ ਮਫਰੂਜ਼ੇ ਪੇਸ਼ ਕੀਤੇ ਗਏ ਨੇ। ਲੇਕਿਨ ਮੈਂ ਅੱਜ ਅਲਾਉਦੀਨ ਸਾਹਿਬ ਦੇ ਜ਼ਵਾਲ ਦੀ ਅਸਲ ਵਜ੍ਹਾ ਜਿਹੜੀ ਮੈਂ ਬੜੀ ਸਰਚ ਔਰ ਬੜੀ ਤਲਾਸ਼ ਤੋਂ ਬਾਅਦ ਤੁਹਾਡੇ ਸਾਹਮਣੇ ਲੈ ਕੇ ਆਇਆ ਔਰ ਬਿਲਕੁਲ ਹਕੀਕੀ ਗੱਲ ਹੈ, ਇਹਦੇ ਵਿੱਚ ਕੋਈ ਦੋ ਨੰਬਰ ਹੀ ਨਹੀਂ। ਬਿਲਕੁਲ ਕਰੈਕਟ ਮੈਂ ਮਾਲੂਮਾਤ ਤੁਹਾਨੂੰ ਦੇ ਰਿਹਾ ਕਿ ਅਲਾਉਦੀਨ ਸਾਹਿਬ ਇੱਕ ਬਹੁਤ ਅੱਛੇ ਐਕਟਰ ਸਨ। ਅਲਾਉਦੀਨ ਸਾਹਿਬ ਨੇ ਆਪਣਾ ਜਿਹੜਾ ਕੈਰੀਅਰ ਦਾ ਆਗਾਜ਼ ਕੀਤਾ ਸੀ ਉਹਨਾਂ ਨੇ ਪਾਕਿਸਤਾਨੀ ਬਤੌਰ ਵਿਲਨ ਕੀਤਾ ਸੀ ਔਰ ਬਾਅਦ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਹਿੱਟ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬਤੌਰ ਹੀਰੋ ਕੰਮ ਕੀਤਾ ਸੀ ਔਰ ਅਲਾਉਦੀਨ ਸਾਹਿਬ ਨੇ ਬਹੁਤ ਸਾਰਾ ਪੈਸਾ ਕਮਾਇਆ। ਅਲਾਉਦੀਨ ਸਾਹਿਬ ਦੀ ਜਿਹੜੀ ਕੋਠੀ ਸੀ ਨਾ ਉਹ ਫਰਦੋਸ ਮਾਰਕੀਟ ਵਿੱਚ ਆਉਂਦੀ ਸੀ, ਜਿੱਥੇ ਫਰਦੋਸ ਸਾਹਿਬਾ ਜਿਹੜੀ ਐਕਟਰ ਉਹਨਾਂ ਦੀ ਵੀ ਕੋਠੀ ਸੀ ਔਰ ਬੜਾ ਹੀ ਸ਼ਾਨਦਾਰ ਬੰਗਲਾ ਸੀ, ਬੜਾ ਹੀ ਸ਼ਾਨਦਾਰ ਉਹਨਾਂ ਦੀ ਕੋਠੀ ਸੀ ਔਰ ਸ਼ਾਮ ਨੂੰ ਮਹਿਫਲ ਲੱਗਿਆ ਕਰਦੀ ਸੀ। ਔਰ ਚੂੰਕਿ ਅਲਾਉਦੀਨ ਸਾਹਿਬ ਕੋਲ ਬਹੁਤ ਸਾਰਾ ਪੈਸਾ ਸੀ ਔਰ ਜਦੋਂ ਇਨਸਾਨ ਕੋਲ ਪੈਸਾ ਹੋ ਜਾਏ ਤਾਂ ਫਿਰ ਬਹੁਤ ਸਾਰੇ ਲੋਕ ਉਹਦੇ ਇਰਦ ਗਿਰਦ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੇ ਖਾਣ ਪੀਣ ਦੇ ਚੱਕਰ ਹੋ ਜਾਂਦੇ ਨੇ, ਬਹੁਤ ਸਾਰੇ ਲੋਕ ਖੁਸ਼ਾਮਦੀ ਹੁੰਦੇ ਨੇ। ਅਲਾਉਦੀਨ ਸਾਹਿਬ ਵੀ ਪੈਸਾ ਦੋਨਾਂ ਹੱਥਾਂ ਨਾਲ ਲੁਟਾ ਰਹੇ ਸਨ। ਉਸਤਾਦ ਦਾਮਨ ਜਿਹੜੇ ਪੰਜਾਬੀ ਤੇ ਬਹੁਤ ਵੱਡੇ ਸ਼ਾਇਰ ਸਨ, ਉਹ ਅਲਾਉਦੀਨ ਦੇ ਜਿਗਰੀ ਦੋਸਤ ਸਨ, ਉਹ ਬੜੇ ਕਰੀਬੀ ਦੋਸਤ ਸਨ ਔਰ ਉਹ ਅਲਾਉਦੀਨ ਸਾਹਿਬ ਨੂੰ ਲਾਵਾ ਕਹਿੰਦੇ ਸਨ। ਜਦੋਂ ਉਹਨਾਂ ਨੇ ਅਲਾਉਦੀਨ ਸਾਹਿਬ ਦੇ ਦੇਖਿਆ ਉਹ ਦੋਨੋਂ ਹੱਥਾਂ ਨਾਲ ਦੋਨਾਂ ਲੁਟਾ ਰਹੇ ਤੇ ਉਹਨਾਂ ਨੇ ਕਿਹਾ, ਲਾਵੇ ਇਹ ਜਿਹੜਾ ਤੂੰ ਪੈਸਾ ਲੁਟਾ ਰਹੇ ਹੈ ਇਸ ਪੈਸੇ ਨੂੰ ਸੰਭਾਲ ਕੇ ਰੱਖ, ਸਦਾ ਵਕਤ ਇੱਕ ਜਿਹਾ ਨਹੀਂ ਰਹਿੰਦਾ, ਵਕਤ ਤਬਦੀਲ ਹੋ ਜਾਂਦਾ ਤੇ ਆਪਣਾ ਜ਼ਵਾਲ ਦੇ ਵਾਸਤੇ ਵੀ ਤੂੰ ਕੋਈ ਪੈਸਾ ਸੰਭਾਲ ਕੇ ਰੱਖ। ਲੇਕਿਨ ਅਲਾਉਦੀਨ ਸਾਹਿਬ ਨੇ ਬੜੇ ਗਰੂਰ ਨਾਲ ਬੜੇ ਤਕੱਬਰ ਨਾਲ ਜਵਾਬ ਦਿੱਤਾ ਹੈ ਕਿ ਜਬ ਤੱਕ ਫਿਲਮ ਇੰਡਸਟਰੀ ਕਾਇਮ ਹੈ ਮੇਰੇ ਤੇ ਇਹ ਵਕਤ ਹਮੇਸ਼ਾ ਰਹੇਗਾ। ਸ਼ਾਇਦ ਖੁਦਾ ਨੂੰ ਉਹਨਾਂ ਦੀ ਇਹ ਗੱਲ ਪਸੰਦ ਨਹੀਂ ਆਈ ਤੇ ਉਸ ਤੋਂ ਬਾਅਦ ਅਲਾਉਦੀਨ ਸਾਹਿਬ ਬੜੀ ਬੁਰੀ ਤਰ੍ਹਾਂ ਜ਼ਵਾਲ ਦਾ ਸ਼ਿਕਾਰ ਹੋਏ ਔਰ ਉਹਨਾਂ ਦੀ ਇਹ ਹਾਲਤ ਹੋ ਗਈ ਕਿ ਉਹਨਾਂ ਨੇ ਛੋਟੇ ਮੋਟੇ ਰੋਲ ਕਰਨਾ ਸ਼ੁਰੂ ਕਰ ਦਿੱਤੇ ਔਰ ਜਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਉਹਨਾਂ ਨੇ ਸ਼ਬਾਬ ਕਿਰਾਨਵੀ ਸਾਹਿਬ ਦੇ ਦਫ਼ਤਰ ਵਿੱਚ ਛੋਟੀ ਮੋਟੀ ਮੁਲਾਜ਼ਮਤ ਵੀ ਕੀਤੀ। ਇਸ ਵਾਸਤੇ ਕਹਿੰਦੇ ਨੇ ਕਿ ਇਨਸਾਨ ਨੂੰ ਬੋਲਣ ਤੋਂ ਪਹਿਲੇ ਸੋਚ ਲੈਣਾ ਚਾਹੀਦਾ ਹੈ, ਆਪਣੇ ਜ਼ਵਾਲ ਦੇ ਵਕਤ ਜਾਂ ਆਪਣੇ ਬੁਰੇ ਟਾਈਮ ਵਾਸਤੇ ਕੁਝ ਸੇਵ ਕਰਨਾ ਚਾਹੀਦਾ ਹੈ ਔਰ ਅਲਾਉਦੀਨ ਸਾਹਿਬ ਨੇ ਗਲਤੀ ਕੀਤੀ ਹੈ ਜਿਸ 'ਤੇ ਉਹਨਾਂ ਨੂੰ ਪਛਤਾਉਣਾ ਪਿਆ। ਨਾਜ਼ਰੀਨ, ਇਹ ਛੋਟੀ ਜਿਹੀ ਵੀਡੀਓ ਸੀ ਤੁਹਾਡੇ ਵਾਸਤੇ। ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਵੀਡੀਓ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।